ਆਮ ਦਿਨਾਂ ਨਾਲੋਂ ਕਿੰਨਾ ਕੁ ਫਰਕ ਪੈਂਦਾ ਇਹਨਾਂ ਦਿਨਾਂ 'ਚ ਗਰਮੀਆਂ ਦੇ ਵਿੱਚ? ਬਹੁਤ ਪੈ ਰਿਹਾ ਭਾਈ ਫਰਕ, ਬਹੁਤ ਜ਼ਿਆਦਾ। ਜਿਵੇਂ ਕਿ ਜਿਵੇਂ ਅੱਗੇ ਤਾਂ ਇਹ ਹੁੰਦਾ ਸੀਗਾ ਕੋਈ ਨਾ ਕੋਈ ਆਉਂਦਾ ਜਾਂਦਾ ਰਹਿੰਦਾ ਸੀਗਾ, ਲੇਡੀਜ਼ ਕਸਟਮਰ ਨਹੀਂ ਆ ਰਹੇ, ਅੱਗੇ ਆਪਣਾ ਲੇਡੀਜ਼ ਯੂਨੀਸੈਕਸ ਹੈ ਨਾ ਤਾਂ ਲੇਡੀਜ਼ ਕਸਟਮਰ ਵੀ ਆਉਂਦੇ ਰਹਿੰਦੇ ਸੀਗੇ, ਉਹ ਲੇਡੀਜ਼ ਕਸਟਮਰ ਦਾ ਵੀ ਬੁਰਾ ਹਾਲ ਅੱਗੇ ਗਰਮੀਆਂ ਵਿੱਚ ਕਰਕੇ ਇਸ ਟਾਈਮ ਥੋੜ੍ਹਾ ਜਿਹਾ ਪਰੇਸ਼ਾਨ ਹੀ ਹੈ ਸਾਰੇ ਪਾਸੇ। ਭਾਈ ਜੀ ਗਰਮੀ ਦਾ ਕਿੰਨਾ ਕੁ ਅਸਰ ਪਿਆ ਆ ਕਾਰੋਬਾਰ 'ਤੇ? ਬਹੁਤ ਜ਼ਿਆਦਾ, ਅੰਦਰ ਬੈਠ ਕੇ ਧੁੱਪ ਹੈਗੀ ਆ, ਬਹਿ ਨਹੀਂ ਹੁੰਦਾ ਅੰਦਰ ਦਾ, ਧੁੱਪ ਜ਼ਿਆਦਾ, ਲੋਕ ਬਾਗ ਨਿਕਲਦੇ ਨਹੀਂ ਹੈਗੇ, ਬਹੁਤ ਜ਼ਿਆਦਾ ਕੰਮ ਦਾ ਕੰਮ ਹੈ ਹੀ ਨਹੀਂ। ਗਰਮੀ ਬਹੁਤ ਪੈ ਰਹੀ ਹੈ ਅਤੇ ਲੋਕ ਪਸੰਦ ਬਹੁਤ ਕਰਦੇ ਆ ਆਈਸਕ੍ਰੀਮ ਠੰਡੀਆਂ ਚੀਜ਼ਾਂ, ਅਤੇ ਕਿੰਨਾ ਕੁ ਅਸਰ ਕਾਰੋਬਾਰ 'ਤੇ ਪਿਆ ਤੁਹਾਡੇ ਵੀ? ਗਰਮੀ ਜ਼ਿਆਦਾ ਕਰ ਘੱਟ ਪੈਂਦਾ ਜੀ, ਉਹਦਾ ਗਾਹ ਘੱਟ ਨਿਕਲਦਾ, ਪੈਰ ਨੂੰ ਘੱਟ ਨਿਕਲਦਾ। ਸਵੇਰੇ ਸ਼ਾਮ ਦਾ ਤਾਂ ਤੁਹਾਡਾ ਕੰਮ ਹੈਗਾ? ਸ਼ਾਮ ਸਵੇਰੇ ਸ਼ਾਮ ਦਾ ਹੈ ਮੇਨ, ਸਵੇਰੇ ਦਾ 11 ਸਾਢੇ 11 ਖੁੱਲੀ ਦਾ, ਸ਼ਾਮ ਦਾ ਹੈ, ਰਾਤ ਦਾ ਹੈਗਾ। ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਟੈਂਪਰੇਚਰ ਜਿਹੜਾ ਹੈਗਾ 46 ਡਿਗਰੀ ਦੇ ਨੇੜੇ ਤੇੜੇ ਪਹੁੰਚ ਗਿਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ ਕਿ ਆਉਣ ਵਾਲੇ 5-7 ਦਿਨਾਂ ਦੇ ਵਿੱਚ ਜਿਹੜਾ ਹੈਗਾ ਆ ਇਹ ਜਿਹੜਾ ਟੈਂਪਰੇਚਰ ਹੈਗਾ ਆ ਉਹ 47-48 ਡਿਗਰੀ ਤੱਕ ਪਹੁੰਚ ਸਕਦਾ ਹੈ, ਅਤੇ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ, ਅਤੇ ਤਾਂ ਕਿ ਬੱਚਿਆਂ ਨੂੰ ਜਿਹੜਾ ਹੈਗਾ ਗਰਮੀ ਤੋਂ ਬਚਾਇਆ ਜਾ ਸਕੇ। ਅਤੇ ਬਾਜ਼ਾਰ ਵੀ ਤੁਸੀਂ ਦੇਖ ਲਓ ਜੇ ਗਰਮੀ ਦੇ ਕਰਕੇ ਇੰਨਾ ਕੁ ਅਸਰ ਹੈਗਾ, ਬਾਜ਼ਾਰ ਜਿਹੜਾ ਇਹ ਅਸੀਂ ਸ਼ਿੰਗਾਰ ਰੋਡ ਦੇ ਉੱਤੇ ਖੜ੍ਹੇ ਹਾਂ ਲੁਧਿਆਣੇ, ਅਤੇ ਇਸ ਰੋਡ ਦੇ ਉੱਤੇ ਇੰਨਾ ਕੁ ਰਸ਼ ਹੁੰਦਾ ਸੀ ਅਤੇ ਗੱਲਾਂ ਹੀ ਛੱਡ ਦਿਓ ਤੁਸੀਂ, ਪਰ ਅੱਜ ਜੇ ਆਪਾਂ ਗੱਲ ਕਰੀਏ ਤਾਂ ਇਸ ਬਾਜ਼ਾਰ ਦੇ ਵਿੱਚ ਕੋਈ ਟਾਵਾਂ ਹੀ ਜਿਹੜਾ ਵਾਹਨ ਜਿਹੜਾ ਨਜ਼ਰ ਆ ਰਿਹਾ ਵਾ, ਅਤੇ ਦੁਕਾਨਦਾਰ ਜਿਹੜੇ ਹੈਗੇ ਨੇ ਵਿਹਲੇ ਬੈਠੇ ਨੇ। ਗਰਮੀ ਦਾ ਬਹੁਤ ਅਸਰ ਕਾਰੋਬਾਰ 'ਤੇ ਵੀ ਪਿਆ ਆ, ਅਤੇ ਅਸੀਂ ਜਾਣਕਾਰੀ ਲੈ ਲੈਂਦੇ ਹਾਂ ਵੀ ਕਾਰੋਬਾਰ 'ਤੇ ਕੀ ਅਸਰ ਪਿਆ ਗਰਮੀ ਦਾ। ਭਾਅ ਜੀ ਕੀ ਨਾਮ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜੀ ਸਲਮਾਨ ਆ। ਹਾਂਜੀ, ਅਤੇ ਜੀ ਮੈਂ ਸਲਮਾਨ ਯੂਨੀਸੈਕਸ ਸਲੂਨ ਦਾ ਓਨਰ ਹਾਂ, ਅਤੇ ਭਾਅ ਜੀ ਬਸ ਪੁੱਛੋ ਨਾ, ਕੰਮ ਦਾ ਬਹੁਤ ਬੁਰਾ ਹਾਲ ਆ, ਅਤੇ ਕੰਮ ਭਾਅ ਜੀ ਸਵੇਰੇ ਸ਼ਾਮ ਦਾ ਰਹਿ ਗਿਆ, ਦਿਨੇ ਦਾ ਦੁਪਹਿਰ ਦੇ ਟਾਈਮ ਦਾ ਕੋਈ ਨਿਕਲਦਾ ਨਹੀਂ, ਗਰਮੀ ਇੰਨੀ ਹੈ ਕੋਈ ਆਉਂਦਾ ਹੀ ਨਹੀਂ, ਜੇ ਕਿਸੇ ਨੂੰ ਬੁਲਾਉਂਦੇ ਹਾਂ ਉਹ ਕਹਿੰਦੇ ਕਿ ਭਾਅ ਜੀ ਸ਼ਾਮੀ ਆਉਂਦੇ ਸ਼ਾਮੀ ਆਉਂਦੇ, ਸ਼ਾਮ ਨੂੰ ਰਸ਼ ਹੁੰਦਾ, ਉੱਦਾਂ ਦਾ ਕੰਮ ਦਾ ਬਹੁਤ ਬੁਰਾ ਹਾਲ ਹੈ ਇਸ ਟਾਈਮ। ਆਮ ਦਿਨਾਂ ਨਾਲੋਂ ਕਿੰਨਾ ਕੁ ਫਰਕ ਪੈਂਦਾ ਇਹਨਾਂ ਦਿਨਾਂ 'ਚ ਗਰਮੀਆਂ ਦੇ ਵਿੱਚ? ਬਹੁਤ ਪੈ ਰਿਹਾ ਭਾਈ ਫਰਕ, ਬਹੁਤ ਜ਼ਿਆਦਾ। ਜਿਵੇਂ ਕਿ ਜਿਵੇਂ ਅੱਗੇ ਤਾਂ ਇਹ ਹੁੰਦਾ ਸੀਗਾ ਕੋਈ ਨਾ ਕੋਈ ਆਉਂਦਾ ਜਾਂਦਾ ਰਹਿੰਦਾ ਸੀਗਾ, ਲੇਡੀਜ਼ ਕਸਟਮਰ ਨਹੀਂ ਆ ਰਹੇ, ਅੱਗੇ ਆਪਣਾ ਲੇਡੀਜ਼ ਯੂਨੀਸੈਕਸ ਹੈ ਨਾ ਤਾਂ ਲੇਡੀਜ਼ ਕਸਟਮਰ ਵੀ ਆਉਂਦੇ ਰਹਿੰਦੇ ਸੀਗੇ, ਉਹ ਲੇਡੀਜ਼ ਕਸਟਮਰ ਦਾ ਵੀ ਬੁਰਾ ਹਾਲ ਅੱਗੇ ਗਰਮੀਆਂ ਵਿੱਚ ਕਰਕੇ ਇਸ ਟਾਈਮ ਥੋੜ੍ਹਾ ਜਿਹਾ ਪਰੇਸ਼ਾਨ ਹੀ ਹੈ ਸਾਰੇ ਪਾਸੇ। ਅੱਗੇ ਇਸ ਰੋਡ 'ਤੇ ਇੰਨਾ ਰਸ਼ ਰਹਿੰਦਾ ਸੀ, ਹੁਣ ਦੇਖੋ ਸਾਰਾ ਖਾਲੀ ਪਿਆ ਵਾ, ਨਿਕਲਦੇ ਵੜਦੇ ਕਸਟਮਰ ਵੀ ਆਉਂਦੇ ਰਹਿੰਦੇ ਸੀਗੇ, ਉਹ ਵੀ ਨਹੀਂ ਆ ਰਹੇ ਇਸ ਟਾਈਮ। ਹਾਂਜੀ, ਸੋ ਕਾਰੋਬਾਰ ਦਾ ਵੀ ਬਹੁਤ ਮੰਦਾ ਹਾਲ ਹੈ, ਅਤੇ ਤੁਸੀਂ ਬਾਜ਼ਾਰ ਵੀ ਸਾਰਾ ਖਾਲੀ ਪਿਆ ਨਜ਼ਰ ਆ ਰਿਹਾ ਹੈ, ਅਤੇ ਅਸੀਂ ਹੁਣ ਮੈਡੀਕਲ ਸਟੋਰ 'ਤੇ ਵੀ ਆਏ ਹਾਂ, ਅਸੀਂ ਇਹਨਾਂ ਤੋਂ ਵੀ ਜਾਣਕਾਰੀ ਲੈ ਲੈਂਦੇ ਹਾਂ। ਬਾਈ ਜੀ ਨਮਸਤੇ ਜੀ। ਨਮਸਤੇ ਨਮਸਤੇ ਜੀ। ਬਾਈ ਜੀ ਗਰਮੀ ਦਾ ਕਿੰਨਾ ਕੁ ਅਸਰ ਪਿਆ ਰਿਹਾ ਕਾਰੋਬਾਰ 'ਤੇ? ਬਹੁਤ ਜ਼ਿਆਦਾ, ਅੰਦਰ ਬੈਠ ਕੇ ਨਾ ਪਤਾ ਲੱਗਦਾ ਹੈਗਾ, ਅੰਦਰ ਬੈਠ ਕੇ ਤਾਂ ਬਸ ਹੈਗੀ ਆ, ਬਹਿ ਨਹੀਂ ਹੁੰਦਾ ਅੰਦਰ ਦਾ। ਉੱਦਾਂ ਤਾਂ ਤੁਹਾਡੇ ਦੇਖਿਆ ਸੀ ਪਹਿਲਾਂ ਵੀ ਰਸ਼ ਤੁਹਾਡੀ ਦੁਕਾਨ 'ਤੇ ਪੈਂਦਾ ਹੁੰਦਾ ਸੀਗਾ, ਅਤੇ ਹੁਣ ਗਰਮੀ ਕਰਕੇ ਹੁਣ ਬਿਲਕੁਲ ਕੰਮ ਕੰਮ ਬਿਲਕੁਲ ਨਹੀਂ ਹੈਗਾ, ਬਹੁਤ ਘੱਟ ਕੰਮ ਹੈਗਾ। ਹਾਂਜੀ, ਗਰਮੀ ਬਹੁਤ, ਗਰਮੀ ਕਰਕੇ ਧੁੱਪ ਜ਼ਿਆਦਾ, ਲੋਕ ਬਾਗ ਨਿਕਲਦੇ ਨਹੀਂ ਹੈਗੇ, ਬਹੁਤ ਜ਼ਿਆਦਾ ਕੰਮ ਦਾ ਕੰਮ ਹੈ ਹੀ ਨਹੀਂ। ਸੋ ਦੇਖਿਆ ਵੀ ਤੁਸੀਂ ਕੋਈ ਮੈਡੀਕਲ ਇੱਕ ਆਮ ਜ਼ਰੂਰਤ ਹੁੰਦੀ ਹੈ, ਕਿਉਂਕਿ ਦਵਾਈਆਂ ਹਰ ਇੱਕ ਨੇ ਖਾਣੀਆਂ ਹੁੰਦੀਆਂ ਆ, ਕਿਉਂਕਿ ਬਿਮਾਰੀਆਂ ਵੀ ਜਿਹੜੀਆਂ ਹੈਗੀਆਂ ਵਾ ਗਰਮੀ ਕਰਕੇ ਉਹ ਵਿੱਚ ਵਾਧਾ ਹੁੰਦਾ, ਪਰ ਜੇ ਆਪਾਂ ਦੇਖਿਆ ਜਾਵੇ ਤਾਂ ਦੁਕਾਨਾਂ ਦੇ ਉੱਤੇ ਰਸ਼ ਜਿਹੜਾ ਹੈਗਾ ਉਹ ਬਿਲਕੁਲ ਨਜ਼ਰ ਨਹੀਂ ਆ ਰਿਹਾ, ਕਾਰੋਬਾਰ ਦੇ ਵਿੱਚ ਬਹੁਤ ਮਤਲਬ ਵੀ ਅਸਰ ਦੇਖਣ ਨੂੰ ਮਿਲ ਰਿਹਾ ਆ। ਗੱਲਬਾਤ ਕਰ ਲੈਂਦੇ ਹਾਂ, ਆਈਸਕ੍ਰੀਮ ਗਰਮੀਆਂ ਦਾ ਇੱਕ ਤੋਹਫ਼ਾ ਮੰਨਿਆ ਜਾਂਦਾ ਆ, ਕਿਉਂਕਿ ਗਰਮੀਆਂ ਦੇ ਵਿੱਚ ਜਿਹੜੇ ਲੋਕ ਨੇ ਇਹ ਬੜੀ ਖੁਸ਼ੀ ਖੁਸ਼ੀ ਨਾਲ ਜਿਹੜੇ ਇਹ ਖਾਂਦੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗਰਮੀ ਬਹੁਤ ਪੈ ਰਹੀ ਹੈ ਅਤੇ
ਲੋਕ ਪਸੰਦ ਬਹੁਤ ਕਰਦੇ ਆ ਆਈਸਕ੍ਰੀਮ ਠੰਡੀਆਂ ਚੀਜ਼ਾਂ, ਅਤੇ ਕਿੰਨਾ ਕੁ ਅਸਰ ਕਾਰੋਬਾਰ 'ਤੇ ਪਿਆ ਤੁਹਾਡੇ ਵੀ ਦੱਸੋ? ਗਰਮੀ ਜ਼ਿਆਦਾ ਕਰਕੇ ਘੱਟ ਪੈਂਦਾ ਜੀ, ਥੋੜ੍ਹਾ ਗਾਹ ਘੱਟ ਨਿਕਲਦਾ ਸ਼ਹਿਰ ਨੂੰ, ਘੱਟ ਨਿਕਲਦਾ ਵੀ ਸਵੇਰੇ ਸ਼ਾਮ ਦਾ ਤਾਂ ਤੁਹਾਡਾ ਕੰਮ ਹੈਗਾ? ਸਵੇਰੇ ਸ਼ਾਮ ਦਾ ਹੈ ਮੇਨ, ਸਵੇਰੇ ਦਾ 11:30 ਖੁੱਲੀ ਦਾ, ਸ਼ਾਮ ਦਾ ਹੈ, ਰਾਤ ਦਾ ਹੈਗਾ। ਦੁਪਹਿਰ ਨੂੰ ਕੋਈ ਮਤਲਬ ਕਸਟਮਰ ਨਹੀਂ ਆਉਂਦਾ? ਨਾ, ਹਾਲਾਂਕਿ ਠੰਡੀਆਂ ਚੀਜ਼ਾਂ ਤਾਂ ਲੋਕ ਖਾਣਾ ਪਸੰਦ ਕਰਦੇ ਨੇ, ਪਰ ਦੁਪਹਿਰ ਨੂੰ ਕੋਈ ਨਿਕਲਦਾ ਹੀ ਨਿਕਲਦਾ? ਹਾਂ, ਦੁਪਹਿਰ ਨੂੰ ਕੋਈ ਨਹੀਂ ਨਿਕਲਦਾ। ਸੋ ਆਪਾਂ ਜੇ ਗੱਲ ਕਰੀਏ ਠੰਡੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਗਰਮੀ ਦੇ ਵਿੱਚ ਲੋਕ ਬਹੁਤ ਖਾਂਦੇ ਨੇ, ਪਰ ਦੁਪਹਿਰ ਨੂੰ ਕੋਈ ਨਹੀਂ ਨਿਕਲਦਾ ਕਿਉਂਕਿ ਗਰਮੀ ਬਹੁਤ ਹੈ, ਟੈਂਪਰੇਚਰ ਬਹੁਤ ਹੈ, ਅਤੇ ਤੁਹਾਨੂੰ ਵਿਕ ਜਾਂਦਾ? ਬਹੁਤ ਗਰਮੀ ਹੋ ਰਹੀ ਜੀ। ਹਾਂਜੀ, ਹਾਂ, ਧੂਮ ਮੇਂ ਸਾਰਾ ਦਿਨ ਦਬਣਾ ਪੜਤਾ ਹੈ। ਨਹੀਂ, ਸਮਾਨ ਵਿਕ ਜਾਤਾ ਹੈ ਗਰਮੀ ਮੇਂ ਕਿ ਬਚ ਜਾਤਾ ਹੈ? ਬਚ ਵੀ ਜਾਤਾ ਹੈ, ਕਭੀ ਕਭੀ ਵਿਕ ਵੀ ਜਾਤਾ ਹੈ ਬਾਬੂ ਜੀ। ਅਤੇ ਲੋਕ ਲੈਤੇ ਹੈ ਦੁਪਹਿਰ ਕੋ ਆਤੇ ਹੈ ਇੱਧਰ? ਵਪਾਰ ਮੇਂ ਬਹੁਤ ਕਮ ਆਤੇ ਹੈ। ਅੱਛਾ, ਸ਼ਾਮ ਮੀਟਿੰਗ ਆਤੇ ਹੈ, ਸ਼ਾਮ ਕੋ ਆਤੇ ਹੈ? ਹਾਂਜੀ। ਤੋ ਮਤਲਬ ਵੀ ਗਰਮੀ ਕਾ ਅਸਰ ਦਿਖਨੇ ਕੋ ਮਿਲਤਾ ਹੈ? ਬਹੁਤ ਗਰਮੀ ਹੋਤੀ ਦੁਪਹਿਰ ਮੇਂ, ਦੁਪਹਿਰ ਮੇਂ ਬਹੁਤ ਜ਼ਿਆਦਾ ਗਰਮੀ ਹੈ। ਠੀਕ ਹੈ, ਕਿਤਨੇ ਵਜੇ ਨਿਕਲਦੇ ਹੋ ਘਰ ਸੇ? ਸਵੇਰੇ ਹਮ 9-10 ਵਜੇ ਨਿਕਲਤੇ ਹੈ ਜੀ। ਸ਼ਾਮ ਕੋ ਕਿਤਨੇ ਵਜੇ ਤੱਕ? 10-11 ਵਜੇ ਆਤਾ ਹੈ। 10-11 ਵਜੇ ਤੱਕ? ਤੋ ਮਤਲਬ ਦੁਪਹਿਰ ਕੋ ਨਹੀਂ ਨਿਕਲਦਾ ਗਾ, ਸ਼ਾਮ ਕੋ ਨਿਕਲਦਾ? ਸ਼ਾਮ ਕੋ ਨਿਕਲਤਾ ਹੈ ਬਾਬੂ ਜੀ। ਸੋ ਫਰੂਟ ਵੀ ਇੱਕ ਆਮ ਜ਼ਰੂਰਤ ਹੈਗੀ ਆ ਲੋਕਾਂ ਦੀ, ਜਿਹੜੇ ਲੋਕ ਖਾਂਦੇ ਨੇ ਦੁਪਹਿਰ ਨੂੰ ਫਰੂਟ ਖਾਂਦੇ ਨੇ, ਪਰ ਘਰੇ ਬਹਿ ਕੇ ਖਾਂਦੇ ਨੇ ਕਿਉਂਕਿ ਦੁਪਹਿਰ ਨੂੰ ਫਰੂਟ ਖਰੀਦਣ ਵਾਸਤੇ ਨਹੀਂ ਜਾਂਦਾ ਕੋਈ। ਸ਼ਾਮ ਨੂੰ ਜਿਹੜੇ ਲੋਕ ਫਰੂਟ ਖਰੀਦਦੇ ਨੇ, ਦੁਪਹਿਰ ਨੂੰ ਬਿਲਕੁਲ ਬਾਜ਼ਾਰਾਂ ਦੇ ਵਿੱਚ ਸੁੰਨਸਾਨ ਰਹਿੰਦੀ ਹੈ। ਲੋਕ ਹੀ ਜਿਹੜੇ ਹੈਗੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ, ਅਤੇ ਅਸੀਂ ਵੀ ਇਹੀ ਸੁਜੈਸਟ ਕਰਾਂਗੇ ਗਰਮੀ ਤੋਂ ਬਚਾਅ ਵਾਸਤੇ ਜਿਹੜਾ ਹੈਗਾ ਆ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ। ਬਹੁਤ ਜ਼ਰੂਰੀ ਹੋਵੇ ਤਾਂ ਹੀ ਆਪਣੇ ਘਰਾਂ ਤੋਂ ਬਾਹਰ ਆਉਣਾ ਚਾਹੀਦਾ ਆ, ਨਹੀਂ ਤਾਂ ਅਵੋਇਡ ਕਰੋ ਵੀ ਆਪਾਂ ਆਪਣੇ ਘਰ ਦੇ ਅੰਦਰ ਹੀ ਰਹੀਏ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਮੌਸਮ ਵਿਭਾਗ ਦੀ ਗੱਲ ਮੰਨੀਏ ਤਾਂ ਉਹਨਾਂ ਨੇ ਕਿਹਾ ਹੈ ਵੀ ਇਹ 5-7 ਦਿਨਾਂ ਤੱਕ ਜਿਹੜਾ ਹੈਗਾ ਵਾ ਇਹ ਗਰਮੀ ਹੋਰ ਜ਼ਿਆਦਾ ਵੱਧ ਸਕਦੀ ਹੈ। ਲੁਧਿਆਣਾ ਤੋਂ ਕੈਮਰਾਮੈਨ ਤੁਸ਼ਾਰ ਕਪੂਰ ਦੇ ਨਾਲ ਪ੍ਰਦੀਪ ਭੰਡਾਰੀ, ਸਕਰੋਲ ਪੰਜਾਬ।